ਬੜੀ ਦੁੱਖ ਦੀ ਘੜੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ MLA ਨਕੋਦਰ ਉਹਨਾਂ ਦੇ ਪਤੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ। ਮੈਂ ਉਹਨਾਂ ਦੇ ਅਫਸੋਸ ਕਰਨ ਆਇਆ। ਪਰਮਾਤਮਾ ਉਹਨਾਂ ਨੂੰ ਆਤਮਕ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਚਾਨਕ ਬੜੀ ਦਰਦਨਾਕ ਅਫਸੋਸਨਾਕ ਸਰਦਾਰ ਸ਼ਰਨਜੀਤ ਸਿੰਘ ਜੀ ਮਾਨ ਉਹਨਾਂ ਦੀ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਹਾਲ ਚਲਾਣਾ ਕਰ ਗਿਆ ਔਰ ਸਾਡੀ ਭੈਣ ਇੰਦਰਜੀਤ ਕੌਰ ਮਾਨ ਜੀ ਜਿਹੜੇ ਵਿਧਾਇਕ ਨੇ ਨਕੋਦਰ ਤੋਂ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਅਤੇ ਨਾਲ ਪੂਰੇ ਇਲਾਕੇ ਨੂੰ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇਹ ਸਦਮਾ ਲੱਗਾ। ਸਰਦਾਰ ਸ਼ਰਨਜੀਤ ਸਿੰਘ ਜੀ ਬਹੁਤ ਹੀ ਨਿੱਘੇ ਸੁਭਾਅ ਦੇ ਮਿੱਠ ਬੋਲੜੇ ਸ਼ਰੀਫ ਇਨਸਾਨ ਸੀ ਨਿੱਘੇ। ਅਚਾਨਕ ਮਹਾਰਾਜ ਨੇ ਬਸ ਉਹਨਾਂ ਨੂੰ ਆਪਣੇ ਚਰਨਾਂ 'ਚ ਬੁਲਾ ਲਿਆ। ਸਾਨੂੰ ਸਭ ਨੂੰ ਬਹੁਤ ਘਾਟਾ ਲੱਗਿਆ। ਗੁਰੂ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। ਬਹੁਤ ਹੀ ਅਫਸੋਸ ਦੀ ਗੱਲ ਹੈ ਆਪਣੇ ਜਲੰਧਰ ਵਾਸੀਆਂ ਵਾਸਤੇ, ਖਾਸ ਕਰਕੇ ਪੱਤਰਕਾਰ ਵੀਰ, ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਜੋ ਔਰ ਲੰਬੇ ਸਮੇਂ ਤੋਂ ਸਾਰੇ ਸਾਥੀ ਇਕੱਠੇ ਹਾਂ। ਉਹ ਮਾਨ ਸਾਹਿਬ ਵੀ ਆਪਣੇ ਪਹਿਲਾਂ ਸਰਪੰਚ ਸੀਗੇ MLA ਸਾਹਿਬ ਅਤੇ ਬੜਾ ਇਹਨਾਂ ਦਾ ਜਨਤਾ ਨਾਲ ਪਿਆਰ ਹੈ। ਇਹਨਾਂ ਦੇ ਹਸਬੈਂਡ ਦੀ ਅੱਜ ਜਿਹੜੀ ਪਤੀ ਦੀ ਵੀ ਅਚਾਨਕ ਡੈਥ ਹੋਈ ਹੈ ਉਹਦੇ 'ਤੇ ਬੜਾ ਗਹਿਰਾ ਦੁੱਖ ਹੋਇਆ ਹੈ ਔਰ ਸਾਨੂੰ ਸਾਰੀ ਪਾਰਟੀ ਨੂੰ ਇਸ ਗੱਲ ਦਾ ਬੜਾ ਘਾਟਾ ਪਿਆ, ਕਿਉਂਕਿ ਪਰਿਵਾਰ ਵਿੱਚ ਹਮੇਸ਼ਾ ਹੀ ਜੇ ਉਹ MLA ਸਾਹਿਬ ਮੈਡਮ ਕੰਮ ਕਰਦੇ ਸੀ ਉਹਨਾਂ ਦੇ ਪਤੀ ਦਾ ਬੜਾ ਸਹਿਯੋਗ ਸੀ ਔਰ ਪਾਰਟੀ ਨੂੰ ਔਰ ਸਾਰੇ ਨਕੋਦਰ ਹਲਕੇ ਨੂੰ ਬਹੁਤ ਇਸ ਚੀਜ਼ ਦਾ ਨੁਕਸਾਨ ਹੋਇਆ ਔਰ ਅਸੀਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਬਹੁਤ ਦੁੱਖਦਾਇਕ ਖਬਰ ਸੀ ਅੱਜ ਨਕੋਦਰ ਹਲਕੇ ਦੇ ਲਈ, ਜਲੰਧਰ ਦੇ ਲਈ। ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਵੱਲੋਂ ਔਰ ਆਪਣੇ ਹਲਕਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਇਆ। ਮੇਰੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪ, ਸਾਡੇ ਨਕੋਦਰ ਦੇ ਪ੍ਰਧਾਨ, ਪੂਰੀ ਟੀਮ, ਕਿਉਂਕਿ ਇਹ ਜਿਹੜਾ ਮਿਲਣਸਾਰ ਹੁੰਦਾ ਹੈ ਲੋਕਾਂ ਦਾ, ਰਾਜਨੀਤੀ ਤੋਂ ਉੱਠ ਕੇ ਮਿਲਣ ਹੁੰਦਾ ਹੈ। ਇਹਨਾਂ ਦਾ ਜਿਹੜਾ ਰਿਸ਼ਤਾ ਮੇਰਾ ਉਹ ਭੈਣ ਭਰਾ ਵਾਲਾ ਸੀ, ਮੈਨੂੰ ਛੋਟਾ ਭਰਾ ਸਮਝਦੇ ਸੀ ਸਾਡੇ ਜਿਹੜੇ ਵਿਧਾਇਕ ਹੈ, ਕਿਉਂਕਿ ਹਮੇਸ਼ਾ ਹੀ ਅਸੀਂ ਰੋਜ਼ ਕਿਸੇ ਦੁੱਖ ਸੁੱਖ 'ਚ ਮਿਲਦੇ ਸੀ। ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਕਿ ਸਾਡੇ ਅੰਕਲ ਜੀ ਚਲੇ ਗਏ। ਮੈਂ ਉਹਨਾਂ ਦੀ ਵੀ ਬਹੁਤ ਰਿਸਪੈਕਟ ਕਰਦਾ ਸੀ, ਪਰ ਅਚਾਨਕ ਜਾਣਾ ਘਰ ਦੇ ਵਿੱਚ ਬਹੁਤ ਜਿਹੜੀ ਕਮੀ ਹੈ ਅੱਜ ਉਸ ਘਰ ਦੇ ਵਿੱਚ ਮਹਿਸੂਸ ਹੋ ਰਹੀ ਹੈ। ਅਤੇ ਵਾਹਿਗੁਰੂ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਕੇ ਆਏ ਹਾਂ ਕਿ ਪਿੱਛੇ ਉਹ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ, ਜਿੱਥੇ ਸਾਡੇ ਅੰਕਲ ਜੀ 'ਚ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਲਗਾਉਣ ਔਰ ਜਿਹੜਾ ਪਰਿਵਾਰ ਹੈ ਭਾਈ ਦੁੱਖ ਸਵੇ। ਅਤੇ ਨਕੋਦਰ ਦੇ ਲੋਕਾਂ ਨੂੰ ਮੈਂ ਹੀ ਕਹਾਂਗਾ, ਜਿੱਦਾਂ ਲੁੱਧਰ ਨਕੋਦਰ ਦੇ ਲੋਕ ਜਿੰਨਾ ਅੱਜ ਹੌਂਸਲਾ ਦੇਣ ਦੇ ਲਈ ਇਸ ਪਰਿਵਾਰ ਨੂੰ ਆਏ ਆ, ਇਹੀ ਹੁੰਦਾ ਕਿਸੇ ਦੁੱਖ 'ਚ ਜਾ ਕੇ ਅਗਰ ਸ਼ਰੀਕ ਹੋਈ ਉਹ ਦੁੱਖ ਘੜਦਾ, ਕਿਸੇ ਦੀ ਖੁਸ਼ੀ 'ਚ ਜਾਈਏ ਉਹ ਖੁਸ਼ੀ ਵੱਧਦੀ ਹੈ। ਅੱਜ ਨਕੋਦਰ ਦੇ ਲੋਕ ਕੋਈ ਰਾਜਨੀਤਿਕ ਤੌਰ ਦੇ ਉੱਤੇ ਨਹੀਂ ਆਏ, ਅੱਜ ਪਰਿਵਾਰਿਕ ਤੌਰ ਦੇ ਉੱਤੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ।